ਮੈਂ ਤਾਂ ਜਵਾਕਾਂ ਨੂੰ ਰੋਟੀ ਲੈ ਕੇ ਜਾਣੀ ਕੋਈ ਮਸ਼ੀਨ ਕੋਈ ਐਕਸਰਸਾਈਜ਼ ਛੱਡਣੀ ਨਹੀਂ ਅੱਜ ਇਹਨੂੰ ਤਾਂ ਸਾਈਡ ਤੇ ਕਰ ਵੇਟ ਵੱਧ ਪਾਤ ਹੋਰ ਕੀ ਕੋਈ ਨਾ ਦੇਖਿਆ ਮਾਹੌਲ ਦਾ ਬਾਈ ਦਾ ਜੱਟਾ ਫਾਈਨਲ ਮਾਰਨਿੰਗ ਐਕਸਰਸਾਈਜ਼ ਯੋ ਬੇਬੀ वेलकम जी थोड़ा साढ़े ब्लॉग के ब्लॉग आप कर लगे शुरू कुछ क बंद असी लिखा बिग मनी थोड़ा होंगी पता छोटे कॉइन चल ठीक है जे है तो पा दी ते काफी मैनु जिम लगे हो गए 10-15 दिन जो अक्का दे बिगी बैंक चो पैसे कन्ने मतलब उपर वाला सवाब दा ही काम आए ते जिम जान लगे मैनु लगे हो गए जिम 15-20 दिन हो गए असली बहुत दिन हो गए हां 15-20 दिन हो गए क्यों हंसी जा रही सी Why are you laughing? क्यों नहीं गया मैं गया रेगुलर गया वा चाहे छुट्टियां कर दा वीकली अज इन लैके चलिया नाल जिम जाके मिलता फिर ना मिलते हैं गड्डी च गल बात करते हैं तो थोड़ा आज जिम भी दिखाने आज कह यार असली कुछ यार ऐ ना मुंडे यार इन इदा नहीं जिम बाई एक्सरसाइज जिम लगता जिम है जिम ढिड पतला हो गया कैमरे 30% 40% ज्यादा लगता हूं बंदा नॉर्मल जिंदगी में डोला नहीं लग गया फिर डोला तो गई है देख दे कट देख पेंदे बाबे कट देख देसी मेहनत शरीर नहीं मानता क्यों नहीं मानता शरीर 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 देखो ये सर्व तैयार हुंदा जिम जुम नहीं लाउंदा शुरू तो आता जिम लगन तो पहला समान सारा लै लेना कैट पूरी लै लेनी है जिम जाना चार दिन देखो एक शौक होंदे सी उदों साइकलां ते जिम जांदे सी गुरमत भवन सलीमे तैनूं याद आ ते आओ अगे ना गोल्ड जिम की मैंबरशिप ली है ना गोल्ड जिम की किन्ने दिन गया दो दिन गया गोल्ड जिम की 2300 दिरहम की 2300 दिरहम की भरा के गोल्ड जिम थले वाले मैं क्या दूजे जिम च लग जा नहीं उस च लगना ਉਹ ਸ਼ੁਕਰ ਕਰੋ ਵਧੀਆ ਮੈਂਬਰਸ਼ਿਪ ਲਈ ਸੀ ਪੂਰੇ ਯੂ ਈ ਦੇ ਵਿੱਚ ਸੀ ਫਿਰ ਮੈਂ ਟ੍ਰਾਂਸਫਰ ਕਰਾ ਕੇ ਮੈਂ ਯੂਜ਼ ਕੀਤੀ ਉਹ 1 ਸਾਲ ਹੈ ਨਾ ਹਾਂ ਇੰਡੀਆ ਦਾ ਬਣ ਗਿਆ 50-60 ਹਜ਼ਾਰ ਰੁਪਇਆ ਦੋ ਦਿਨ ਗਿਆ ਪੈਸੇ ਦੇ ਕੇ ਮੈਂ ਪਰਸ ਨਹੀਂ ਚੱਕਾ ਕੋਈ ਗੱਲ ਨਹੀਂ ਗੱਲ ਹੈਗੀ ਇੱਦਾਂ ਬੰਦੇ ਨੂੰ ਕਿੱਟ ਚਾਹੀਦੀ ਆ ਪ੍ਰੋਪਰ ਹੈ ਬਾਈ ਪਰਸ ਨਹੀਂ ਚੱਕਿਆ ਯਾਰ ਬਾਬੇ ਗੱਡੀ ਕਿਉਂ ਘੁਮਾਈ ਜਾਂਦਾ ਗੱਡੀਆਂ ਘੁਮਾਈ ਜਾਂਦਾ ਕਹਿੰਦੇ ਕਹਿਣਾ ਆ ਝੋਟਾ ਚੱਲੂ ਹੌਲੀ ਕਰ ਲੈ ਉਹ ਆਉਣਾ ਆਪਾਂ ਨੂੰ ਕਾਪੀਰਾਈਟ ਚੱਲ ਘੁਮਾ ਪਿੱਛੇ ਨੂੰ ਫੇਰ ਇੱਧਰ ਨੂੰ ਜਾ ਕਿਉਂ ਪਹਿਲਾਂ ਤਾਂ ਘੁਮਾਈ ਆ ਬਾਬੇ ਨੇ ਅੱਜ ਫੁੱਲ ਗੱਡੀਆਂ ਘੁਮਾ ਕੇ ਦਿਖਾਈਆਂ ਆਪਾਂ ਨੂੰ ਇਹਨੂੰ ਇੱਕ ਮੈਨੂੰ ਪਤਾ ਕੀ ਕਹਿੰਦਾ ਸੀ ਕਹਿੰਦਾ ਮੈਂ ਡ੍ਰਿਫਟਿੰਗ ਕਰਕੇ ਦਿਖਾਉਣਾ
अपने सारे गाने चलो वाईफाई हुंदा जिम दे विच सिद्धू ला के जिम लाउन लग जा तू 5-10 किलो वध ही चक्केगा गल बात वीडियो बनाउन दे चक्कर ते बंदा शीशे खोल लैंदा ते पसीनो पसीनी हो जांदा गर्मी फेर लई वरदा अज नहीं नहीं ठंड नहीं ठंड ठंडा हो के नहीं जाना बाबे जिम च शरीर है शरीर शरीर है और की शरीर है ओए अज नहीं बाबा यार अज नहीं जड़दा देखिया माहौल दुबई दा जट्टो अज कैमरा बंद नहीं करना दिखाना लोग मतलब अपन व्लॉग दे विच बहुत कमेंट आते भी तुसीं दुबई नहीं दिखाते हुण आपां रेगुलर लाइफ जाके जेडे जेडे वधिया प्लेसिस ने जिवें ग्लोबल विलेज हुण ओपन होया हैगा तां पुराना उहो लेकिन आपां तुहानूं आप दे व्लॉगां च वी दिखावांगे जल्दी ਸਮਝੇ ਗੱਲ ਨੂੰ ਤੇ ਮੈਂ ਪਸੀਨੋ ਪਸੀਨੀ ਹੋ ਗਿਆ ਚੱਟਾ ਆਪਾਂ ਵੀਡੀਓ ਨਹੀਂ ਛੱਡਣੀ ਵੀਡੀਓ ਨਾ ਛੱਡੀ ਬੰਦ ਨਹੀਂ ਏ ਝੋਟਾ ਇੱਦਾਂ ਆਵੇ ਲੋ ਵੀ ਦੋਸਤੋ ਤੇ ਜਿਮ ਆਪਾਂ ਆ ਗਏ ਆ ਸਰ ਇੱਕ ਮਿੰਟ ਦਾ ਰਾਹ ਵਾ ਹੋ ਰਿਹਾ ਜਿਮ ਤੇ ਜਿਮ ਆਪਾਂ ਨੂੰ ਵਧੀਆ ਲੱਗਦਾ ਹੈ ਬਈ ਜਿਮ ਨਾ ਵਧੀਆ ਘਟੀਆਂ ਦੀ ਗੱਲ ਨਹੀਂ ਹੁੰਦੀ ਮੈਂ ਇੱਕ ਤਿੰਨ ਗੱਲ ਆਦਾ ਗੱਲ ਪੱਕੀ ਇੱਕ ਤਾਂ ਇਕਵਿਪਮੈਂਟ ਜਿਹੜੇ ਵਧੀਆ ਹੋਣੇ ਚਾਹੀਦੇ ਐਕਸਪੀਰੀਅੰਸ ਦੇ ਨਾਲ ਜਿਹੜਾ ਘਰ ਦੇ ਨੇੜੇ ਹੋਵੇ ਜਿੱਥੇ ਤੂੰ ਈਜ਼ੀਲੀ ਜਾ ਸਕੇ ਈਜ਼ੀ ਐਕਸੈਸ ਹੋਵੇ ਹਾਂ ਇਹ ਮੈਟਰ ਨਹੀਂ ਕਰਦਾ ਤੂੰ ਗੋਲਡ ਜਿਮ ਆ ਤੂੰ ਫਿਟਨੈਸ ਚ ਆ ਨਾ ਕਿਹੜੇ ਚ ਵੀ ਆ ਜਾਂ ਜਿਮਨੇਸ਼ਨ ਦੇ ਵਿੱਚ ਏਡੇ ਵੱਡੇ ਵੱਡੇ ਜਿਮ ਆ ਮੇਰਾ ਤਾਂ ਮਤਲਬ ਇਹ ਆ ਤੂੰ ਤੇ ਤੁਰ ਕੇ ਵੀ ਜਾ ਸਕੇ ਤੇਰੀ ਗੱਡੀ ਖਰਾਬ ਆ ਤੇਰਾ ਬਹਾਨਾ ਘੱਟ ਲੱਗੇ ਸਾਈਕਲ ਤੇ ਵੀ ਜਾ ਸਕੇ ਤੂੰ ਈਜ਼ੀਲੀ ਹੈ ਨਾ ਬਸ ਉਹੀ 5 ਮਿੰਟ ਦੇ ਰਾਹ 8-10 ਕਿਲੋਮੀਟਰ 15 ਕਿਲੋਮੀਟਰ ਜਾਣਾ 100 ਬਹਾਨੇ ਲੱਭ ਲੈਂਦਾ ਬੰਦਾ ਨੇੜੇ ਦਾ ਮਤਲਬ ਇਹ ਵੀ ਨਹੀਂ ਉਹਦੇ ਵਿੱਚ ਕੁਝ ਹੋਵੇ ਨਾ ਜਿਮ ਥੋੜਾ ਜਿਹਾ ਖੁੱਲਾ ਹੋਵੇ ਤੇ ਉਹ ਸਾਰਾ ਸਮਾਨ ਹੋਵੇ ਘਰ ਨੂੰ ਉਹ ਜਿਮ ਹੁੰਦਾ ਸਹੀ ਪਸੀਨਾ ਦੇਖ ਲੈਣਾ ਤੁਸੀਂ ਤੇ ਗੱਲ ਹੈਗੀ ਏਦਾਂ ਆਪਾਂ ਬਾਈ ਦੀ ਗੱਲ ਲੜ ਬੰਨ ਲਈ ਆ ਇਸ ਕਰਕੇ ਆਪਾਂ ਨਵੇਂ ਜਿਮ ਇਹਦੇ ਕਹਿਣ ਤੋਂ ਪਹਿਲਾਂ ਹੀ ਲੱਗ ਗਏ ਸੀ ਇਹਦੇ ਜਿਹੜੇ ਆਪਾਂ ਨੂੰ ਲੈਸਨ ਸਿਖਾਏ ਆ ਉਦੋਂ ਪਹਿਲਾਂ ਹੀ ਆਪਾਂ ਲੱਗ ਗਏ ਸੀ ਇਹ ਤੇ ਅੱਜ ਇਹਨੂੰ ਐਜ਼ ਇੱਕ ਮੈਂ ਕੋਚ ਲੈ ਜਾ ਸੁਣੀ ਨੇ ਆਪਣੇ ਉਹਦਾ ਕਲਾਇੰਟ ਹੁੰਦੇ ਸੀ ਉਹਦੇ ਇੱਥੇ ਇੱਥੇ ਆਪਣੇ ਹੀਰੋ ਦੇ ਜਿਮ ਦੇ ਵਿੱਚ ਅੱਛਾ ਅੱਛਾ ਤੇ ਫੇਰ ਠੀਕ ਹੈ ਠੀਕ ਹੈ ਉਹ ਮੈਨੂੰ ਦੱਸ ਦਿੰਦਾ ਸੀ ਯਾਰ ਆ ਜਿਮ 'ਚ ਬਹੁਤ ਕਲਾਇੰਟ ਮਿਲਦੇ ਹਾਂ ਮਿਲਦੇ ਆ ਕਾਫੀ ਮੈਂ ਦੇਖਦਾ ਵਾ ਮੁੰਡੇ ਜਿਮ ਵਾਲੇ ਨਾ ਲੱਗੇ ਹੀ ਰਹਿੰਦੇ ਆ ਤੇ ਚਲੋ ਹੁਣ ਜਿਮ ਦੇ ਅੰਦਰ ਜਾ ਕੇ ਤੁਹਾਨੂੰ ਮਿਲਦੇ ਆ ਮਾਹੌਲ ਵਧੀਆ ਬਣਾ ਕੇ ਉੱਥੇ ਜ਼ਿਆਦਾ ਵੀਡੀਓ ਨਹੀਂ ਬਣਾ ਸਕਦੇ ਨਹੀਂ ਬਣਾਉਂਦੇ ਆ ਬਾਈ ਉੱਥੇ ਸਟੈਂਡ ਲਾ ਕੇ ਨਾ ਟ੍ਰਾਈਪੋਡ ਲਾ ਕੇ ਮੁੰਡੇ ਆਪਦੇ ਆਪਦੇ ਇੱਥੇ ਬਣਾਉਂਦੇ ਆਪਾਂ ਹੀ ਥੋੜਾ ਢਿੱਲ ਕਰ ਦਿੰਦੇ ਟ੍ਰਾਈ ਕਰਾਂਗੇ ਬਣ ਜੇ ਕੋਈ ਵਧੀਆ ਵੀਡੀਓ ਤੇ ਵੱਡੇ ਢਿੱਡ ਨਾਲ ਦੀ ਵੀਡੀਓ ਕਿੱਥੇ ਬਣਾਉਂਦਾ ਬਾਈ ਆਪਾਂ ਇੱਕ ਤੇ ਦੀਵਾ ਬਾਲਣਾ ਇਹਨਾਂ ਦੀ ਤੇ ਚੰਡਿਆ ਦਾ ਪਿਆ ਚੰਡਿਆ ਦਾ ਪਿਆ ਸਰੀਰ ਹੀ ਆ ਕਿੰਨੀ ਸੋਹਣੀ ਕਹਿੰਦਾ ਯਾਰ ਮਾਰੇ ਕ੍ਰੈਚ ਯੂ ਟਰਨ ਕਹਿੰਦੇ ਆ ਇਹਨੂੰ ਮਿੱਤਰੋ ਯੂ ਟਰਨ ਬਾਈ ਅੱਜ ਟ੍ਰੈਫਿਕ ਆ ਰਿਹਾ ਸੰਡੇ ਨੂੰ ਯਾਰ ਕਿਉਂ ਨੀ ਹਟਦੇ ਤੇਰਾ ਯੂ ਟਰਨ ਵਿੱਚ ਹੀ ਖੜ ਜਾਂਦਾ ਆਹੋ ਕਦੇ ਕਦੇ ਖੜ ਜਾਂਦਾ ਆਪਾਂ ਖੜਾ ਲਈਦਾ ਡੇਡੂਮ ਨਾਮ ਦੇ ਘੰਟਾ ਨਾ ਡੇਡੂਮ ਡੇਡੂਮ ਦਾ ਹੈ ਸੰਡੇ ਨੂੰ ਫਾਇਦਾ ਪਾਰਕਿੰਗ ਵਧੀਆ ਜਿਮ ਆ ਮਾਹੌਲ
ਮੈਨੂੰ ਕਹਿੰਦਾ ਮੇਰੀ ਵੀਡੀਓ ਬਣਾ ਬਾਹਰ ਨਿਕਲਦੇ ਦੀ ਇਹ ਹੁਣ ਹੱਸੀ ਜਾਂਦਾ ਹੁਣ ਹੱਸੀ ਜਾਂਦਾ ਬਣਾ ਲਈ ਹੁਣ ਇਹ ਕਹਿੰਦੇ ਮੈਂ ਤੁਰ ਕੇ ਆਊਂਗਾ ਤੂੰ ਮੇਰੀ ਵੀਡੀਓ ਬਣਾ ਲਈ ਗਾਣਾ ਬਾਈ ਉਹ ਲਾ ਦੇਵੇ ਮੰਮੀ ਦੀ ਯਾਦ ਆਉਂਦੀ ਆ ਚਲੋ ਚਲ ਆ ਜਾ ਅੰਦਰ ਆਹ ਗਲਤ ਲਾ ਦਾ ਬਣੀ ਰਹਿਣ ਦੇ ਯਾਰ ਇਹਨੇ ਇੰਨੀ ਜਿੰਮ ਨੀ ਲਾਉਣੀ ਜਿੰਨਾ ਕੁਛ ਕਰੀ ਜਾਂਦਾ ਇਹ ਸੋਹ ਲੱਗੇ ਇਹਨੇ ਇੰਨਾ ਕਰਨਾ ਨੀ ਗਾ ਜਿਹੜੇ ਹਿਸਾਬ ਨਾਲ ਇਹ ਲੱਗਿਆ ਹੋਇਆ ਆਪਾਂ ਜਾਂਦੇ ਉੱਥੇ ਅਹਿਸਾਸ ਹੰਭ ਗਿਆ ਫਿਰ ਹੁਣ ਸਟਾਰਟ ਤਾਂ ਕਰਦੇ ਐਕਸਰਸਾਈਜ਼ ਮੈਂ ਪਹਿਲਾਂ ਦਸ ਦਸ ਦੀਆਂ ਪਲੇਟਾਂ ਪਾ ਲਈਆਂ ਸਟਾਰਟ ਆ ਉਹ ਨਹੀਂ ਫਿਰ ਕੋਚ ਸਾਹਿਬ ਕਹਿੰਦੇ ਕਹਿੰਦੇ ਆਪੇ ਪੰਜ ਪਾ ਤੇਰੀ ਲੱਤਾਂ ਨਹੀਂ ਜਾਂਦੀਆਂ ਤੇ ਹੁਣ ਉਹਨੇ ਆਪਾਂ ਸਪੈਰ ਦੀ ਪਹਿਲੀ ਐਕਸਰਸਾਈਜ਼ ਫਿਰ ਦੇਖਦੇ ਕੀ ਕਹਾਣੀ ਬਣਦੇ ਬੈਠਦੇ ਅੱਗੇ ਅੱਗੇ ਵੇਟ ਨਹੀਂ ਸੋਣਾ ਵੇਟ ਆ ਤਾਂ ਵੱਡੀਆਂ ਪਲੇਟਾਂ ਕਹਾਂਗੇ ਚੱਲ ਸਟਾਰ ਖਿੱਚ ਦੇ ਖਿੱਚ ਦੇ ਕੰਮ ਉਹ ਬੜੇ ਉਹ ਮਾਰਾ ਜੀ ਹਟ ਨਹੀਂ ਜਾ ਕੇ ਹੱਥ ਚੱਕ ਉੱਥੋਂ ਹਾਂ ਵੈਰੀ ਗੁੱਡ ਤਾਂ ਲਾਉਂਦਾ ਹੀ ਬੜੀ ਸੋਹਣੀ ਆ ਵੇਟ ਵੱਧ ਪਵਾ ਤਾ ਹੋਰ ਕੀ ਕੋਈ ਨਾ ਇਹ ਫਿਰ ਸਪੋਰਟ ਲੈ ਲਾ ਦੇ ਹੱਥਾਂ ਦੀ ਉਸਤਾਦ ਮੈਨੂੰ ਕਹਿੰਦਾ ਇੱਥੇ ਇੱਥੇ ਜਿਹੜਾ ਸਾਈਡ ਮਸਲ ਹੁੰਦਾ ਪੱਟ ਦਾ ਕਹਿੰਦਾ ਉਹਦੀ ਲਵਾ ਦਿਓ ਉਹ ਕੱਢਣਾ ਜਿਵੇਂ ਅੱਜ ਹੀ ਕੱਢ ਕੇ ਜਾਣਾ ਹੁੰਦਾ ਹੁਣ ਵੀ ਇਕੱਲੇ ਹੀ ਲਾਉਣਾ ਮੈਂ ਇਹਨਾਂ ਦਾ ਇਕੱਲੇ ਹੀ ਕਰਦਾ ਹੋ ਗਏ ਤਿੰਨ ਹੁਣ ਦੱਸ ਥੋੜੀਆਂ ਲਾਉਣੀਆਂ ਕਿ ਜ਼ਿਆਦਾ ਲਾਉਣੀਆਂ ਉਹ ਮੈਂ ਕੁਛ ਨੀ ਮੈਂ ਤੇਰੀ ਮਰਜ਼ੀ ਨਾਲ ਹੀ ਕਿਰਕਲਾ ਕਿਹਾ ਤੈਨੂੰ ਕੁਛ ਨੀ ਲਵਾਇਆ ਮੈਂ ਤਾਂ ਬੈਠਾ ਆਹ ਬੈਠਾ ਪਹਿਲਾਂ ਤਾਂ ਨਾ ਮੈਨੂੰ ਐਕਸਰਸਾਈਜ਼ ਦੱਸੀ ਉਹ ਜਿਹੜਾ ਡੰਬਲ ਚੱਕ ਕੇ ਲਾਉਣੀ ਹੁੰਦੀ ਕਿਵੇਂ ਲਾਉਣੀ ਹੁੰਦੀ ਦੱਸੀ ਕਿਵੇਂ ਕਿਹਾ ਆਏ ਵਿਚਾਰੇ ਡੰਬਲ ਹੋਊਗਾ ਡਿੱਗ ਪੈਂਦਾ ਫਿਰ ਮੈਂ ਕਿਹਾ ਤੂੰ ਸਿੰਪਲ ਪੈਪ ਹੋ ਕੇ ਜੇ ਲਾ ਲਾ ਲੱਤਾਂ ਲਾ ਲਾ ਉਸਤਾਦ ਭੜਕਾਈ ਫਿਰਦਾ ਮਸ਼ੀਨਾਂ ਨੂੰ ਅੱਜ ਤਾਂ ਕੱਲ੍ਹ ਨੂੰ ਇਹਨੇ ਆਉਣਾ ਨਹੀਂ ਮੈਂ ਲਿਖ ਕੇ ਦੇ ਦਿੰਦਾ ਕੱਲ੍ਹ ਦੀ ਛੁੱਟੀ ਉਸਤਾਦ ਦੀ ਚੱਕ ਕੇ ਰੱਖ ਕੰਮ ਨੂੰ ਫਿਰ ਕੋਈ ਮਸ਼ੀਨ ਕੋਈ ਐਕਸਰਸਾਈਜ਼ ਛੱਡਣੀ ਨਹੀਂ ਅੱਜ ਇਹਨੂੰ ਤਾਂ ਸਾਈਡ 'ਤੇ ਕਰ ਉਸਤਾਦ ਹੁਣੀ ਭੁੱਲੀ ਗਏ ਸਾਈਡ 'ਤੇ ਕਰਨ ਜਾਣ ਦੇ ਥੱਲੇ ਇਹ ਹਾਂ ਉੱਪਰ ਰੋਕ ਹਾਂ ਇੱਦਾਂ ਹੁੰਦੀ ਗੱਲ ਮਾਰੀਆਂ ਤਾਂ ਤਿੰਨ ਦਸ ਹੋਈਆਂ ਲੈ ਦਸ ਹੋਈਆਂ ਤਾਂਹੀਓ ਨਹੀਂ ਮੈਂ ਇਹਨਾਂ ਲੈ ਕੇ ਆਉਂਦਾ ਐਂ ਕਰਕੇ ਕਰੀ ਜਾਂਦਾ ਇੱਕ ਦੋ ਤਿੰਨ ਚਾਰ ਪੰਜ ਇੱਕ ਦੋ ਤਿੰਨ ਚਾਰ ਇੱਧਰਲੀ ਲਾੜ ਇੱਧਰਲੀ ਲਾੜ ਕੀਤੀ ਵੀ ਸੀ ਮੈਂ ਇਹਨੂੰ ਕਿਹਾ ਪਹਿਲਾਂ ਵੀ ਤੂੰ ਸਟ੍ਰੈਚਿੰਗ ਕਰ ਲਾ ਕਿਹਾ ਮੈਂ ਪਹਿਲਾਂ ਵੀ ਲੈਗਸ ਮਾਰਨੀਆਂ ਸਟ੍ਰੈਚ ਸੁੱਚ ਕਰ ਲਾ ਇੱਦਾਂ ਕਰ ਲਾ ਉਹ ਕਰ ਲਾ ਕੁਛ ਆਉਂਦਾ ਹੋਵੇ ਤਾਂ ਕਰੇ ਹੁਣ ਲਾੜਾ ਚੜਾਈ ਜਾਂਦਾ ਮੇਰੇ ਮੇਰੇ ਕੜਲ ਪੈਣ ਵਾਲੀ ਹੋ ਗਈ ਸੀ ਨਾ ਤਾਂ ਕਰਕੇ ਉਹ ਫਿਰ ਹੌਲੀ ਐਵੇਂ ਐਵੇਂ ਕਰਕੇ ਮਾਰ ਇਹਨੂੰ ਬੜਾ ਪਤਾ ਮੈਂ ਲੈ ਕੇ ਆਉਂਦਾ ਨਹੀਂ ਇਹਨਾਂ ਇਹ ਜ਼ੋਰ ਵਾਲਾ ਲਵਾ ਦਿੰਦੇ ਆ ਮੈਂ ਕੁਛ ਨਹੀਂ ਲਵਾਇਆ ਮੈਂ ਕੁਛ ਨਹੀਂ ਕਰਾਇਆ ਮੈਨੂੰ ਮੈਂ ਇੰਨੇ ਦਿਨ ਹੋ ਗਏ ਆਉਂਦੇ ਨੇ ਮੈਨੂੰ ਪਤਾ ਹੀ ਨਹੀਂ ਮੈਂ ਜਿੰਮ ਲਾ ਕੇ ਜਾਂਦਾ ਕਿ ਨਹੀਂ ਸਾਨੂੰ ਵੀ ਨਹੀਂ ਪਤਾ ਲੱਗਦਾ ਤੂੰ ਆਉਂਦਾ ਕਿ ਨਹੀਂ ਬਾਬੇ ਵੇਟ ਘਟਿਆ ਕਿ ਨਹੀਂ ਘਟਿਆ ਵੇਟ ਤਾਂ ਘਟ ਗਏ ਇਹਨੂੰ ਕਹਿੰਦੇ ਆ ਗਰੀਬੀ ਭੁੱਖਾ ਆਲੇ ਫੜ ਲਾ ਕੇ ਦਿਖਾਵਾਂ ਇਹਨੂੰ ਐਕਸਰਸਾਈਜ਼ ਮੈਂ ਜਵਾਕਾਂ ਨੂੰ ਮੇਰੇ ਤੋਂ ਸਾਈਕਲ ਹੋਗਾ ਸਰੀਰ ਹੀ ਆ ਸਰੀਰ ਹੀ ਆ ਸਰੀਰ ਆ ਸਰੀਰ ਆ ਹੋਰ ਕੀ ਹੈ ਸਰੀਰ ਆ ਮਾਰ ਖਿੱਚ ਦੇ ਪਾਵਾਂ 20 ਕਿਲੋ ਹੋਰ ਨਾ ਨਾ 20 ਕਿਲੋ ਪਾ ਦਾ ਇਹਨੂੰ ਵਧੀਆ ਹੈਂ ਇੱਕ ਘੰਟਾ ਹੋ ਗਿਆ ਹਾਂ ਐਕਸਰਸਾਈਜ਼ ਤਾਂ ਲਾ ਲਈ ਚੱਲਿਆ ਹੁਣ ਚੱਲਿਆ ਜਾਵੇ 100 100 ਦਰਾਮ ਦੇ ਦੇ ਮੈਨੂੰ ਤੇ
ਐਕਸਾਈਜ਼ਨ ਹੋ ਗਿਆ ਤੇਰਾ, ਪੈਸੇ ਕੱਟ, ਮੇਰਾ ਕੈਸ਼ ਚੱਲਦਾ ਬਾਈ, ਮੇਰੇ ਜਵਾਕਾਂ ਨੂੰ ਰੋਟੀ ਲੈ ਕੇ ਜਾਣੀ ਬਾਈ, ਮੈਨੂੰ ਤਾਂ ਕੈਸ਼ ਹੀ ਚਾਹੀਦਾ ਆਪਣਾ ਦਿਵਾਲੀ ਵਾਂਗੂ ਪਟਾਕੇ ਲੈ ਕੇ ਆਉਣਾ, ਤੁਹਾਨੂੰ ਨਹੀਂ ਪਤਾ ਮਹੀਨੇ ਮਹੀਨੇ ਦਾ ਕੋਈ ਹਿਸਾਬ ਨਹੀਂ, ਆਪਾਂ ਪੈਸੇ ਦੇਣੇ ਤੈਨੂੰ ਗੱਡੀ ਚੱਲ ਚੱਲ ਨਾਲ ਕਰੇ ਰੋਟੀ, ਰੋਟੀ ਤਾਂ ਰੱਖਿਆ ਰੋਟੀ ਦੇ ਬਾਈ, ਜੇ ਤੂੰ ਕਵੇਂ ਵੀ ਇੱਕ ਟ੍ਰੇਨਰ ਰੱਖ ਲਵੇ, ਜੇ ਤੂੰ ਕਵੇਂ ਮੈਂ ਤੈਨੂੰ ਰੋਟੀ ਤੇ ਰੱਖ ਲੈਣਾ, ਨਹੀਂ ਪਾਲ ਸਕਦਾ ਟ੍ਰੇਨਰ ਤੇ, ਉਹਦੀ ਡਾਇਟ ਨਹੀਂ ਪਾਲ ਸਕਦਾ, ਬਾਹਲੇ ਮਹਿੰਗੇ ਪੈ ਜਾਂਦੇ, ਬਾਹਲੀ ਮਹਿੰਗੀ ਡਾਇਟ ਪੈ ਜਾਂਦੀ ਹੈ, ਸਰੀਰ ਹੈ ਸਰੀਰ ਹੈ, ਚੱਲੀਏ ਚੱਲ ਮੁਟਿਆਰ ਦੀ ਤੋਰ ਦਿਖਾਵਾਂ, ਚੱਲ ਤੋਰ ਤੋਰ ਪੰਜਾਬ ਬਣਦੀ ਭਾਈ, ਦੇ ਮਸਲ ਖੜਾ ਤੇ ਇਹ, ਉਹ ਦੇਖੋ ਤੂੰ ਪਿੰਜਣੀ ਕਾਫੋ ਕਾਫ ਕਰਤਾ ਕੰਮ, ਰੀਅਲ ਵੂਮੈਨ ਮੈਰੀ ਡਾਈਵਰਸ, ਡਾਈਵਰਸ ਮੀਨ ਚੁੱਭੀਆਂ ਮਾਰਨ ਵਾਲਾ, ਚੁੱਭੀਆਂ ਮਤਲਬ ਜਿਹੜਾ ਮਾਰੇ ਸਮੁੰਦਰ ਚ, ਅੱਛਾ ਵਿਆਹ ਕਰਾ ਕੇ ਵੀ ਤਾਂ ਡੁੱਬਣਾ ਹੀ ਆ, ਹਾਂ ਗੋਤਾਖੋਰ ਚਾਹੀਦਾ ਇਹਨਾਂ ਨੂੰ, ਗੋਤਾਖੋਰ ਚਾਹੀਦਾ, ਵਿਆਹ ਕਰਾ ਕੇ ਡੁੱਬ ਜਾ ਇੱਕ ਵਾਰੀ, ਹਾਂ ਤੂੰ ਚਲਾ ਮੇਰੀਆਂ ਵੱਧ ਐਕਸਲੇਟਰ ਵੱਧ ਘੱਟ ਹੋ ਜਾਣਾ, ਮੁੱਕਰ ਗਿਆ ਗੱਡੀ ਚਲਾਉਣ ਨੂੰ ਯਾਰ, ਉਸਤਾਦ ਹੋਣੀ ਉਸਤਾਦ ਹੋਣੀ ਮੁੱਕਰ ਗਏ, ਉਸਤਾਦ ਖੋਲਦਾ ਦੇ ਬਾਈ, ਅੱਜ ਟ੍ਰੈਫਿਕ ਕਾਹਦਾ ਜਾਮ ਆ, ਇਹਦੇ ਟਾਇਰਾਂ ਚਾਵਾ ਭਰਾਉਣ ਲੱਗਿਆ ਥੋੜਾ ਉਹ ਹੋਦਾ, ਤੇ ਹੁਣ ਆਪਾਂ ਚੱਲਿਆ ਘਰ ਨੂੰ, ਜਿਮ ਲਾ ਲਿਆ ਘੰਟਾ, ਆਹੋ ਥੋੜਾ ਚੋਇਆ ਸੀਗਾ ਇਹ, ਤੇ ਹੁਣ ਆਪਾਂ ਪ੍ਰੋਟੀਨ ਪੀ ਲਈਏ ਬਾਬੇ, ਪ੍ਰੋਟੀਨ ਹੀ ਆ, ਪ੍ਰੋਟੀਨ ਹੀ ਆ, ਇਹ ਪ੍ਰੋਟੀਨ ਹੀ ਆ, ਸਮਾਨ ਦੱਸਿਆ ਨਾ ਬਾਈ ਨੇ, ਆਪਾਂ ਸਮਾਨ ਦੀ ਕਮੀ ਨੀ ਰੱਖੀ ਦੀ, ਸਮਾਨ ਪੂਰਾ ਰੱਖਦਾ ਸ਼ੁਰੂ ਤੋਂ, ਇਹਦੀ ਆਦਤ ਜਾਵੇ ਚਾਰ ਦਿਨ ਚਾਹੇ, ਸਮਾਨ ਇਹਨੂੰ ਫੁੱਲ ਮਿਲੂ ਤੁਹਾਨੂੰ ਵੀ, ਦੋ ਮਹੀਨੇ ਦਾ ਤਿੰਨ ਮਹੀਨੇ ਦਾ ਇਕੱਠਾ ਕਰਕੇ ਡੱਬਾ ਵੀ ਪ੍ਰੋਟੀਨ ਦਾ ਬਾਈ ਨੇ ਲੈ ਕੇ ਦਿੱਤਾ ਹੋਇਆ ਬਾਈ, ਮੈਨੂੰ ਮੈਂ ਗੱਲ ਦੱਸਦਾ, ਮੈਨੂੰ ਜਿਮ ਛੱਡੇ ਨੂੰ 2 ਸਾਲ ਤੋਂ ਉੱਪਰ ਹੋ ਚੱਲਿਆ, ਦੋ ਸਾਲ ਲਾ ਲਓ 2 ਸਾਲ, ਸਟਿਲ ਮੈਂ ਹਜੇ ਤੱਕ ਡੱਬੇ ਪਾਊਡਰ ਬੀ ਸੀ ਏ ਕ੍ਰੇਟਾਈਨ ਹੈ ਨਾ ਸਾਰਾ ਕੁਛ ਹਜੇ ਤੱਕ ਵੰਡੀ ਜਾ ਰਿਹਾ ਵਾ, ਹੁਣ ਵੀ ਉਹੀ ਡੱਬਾ ਲੈ ਖਾ ਰਿਹਾ ਨੂੰ, ਮੇਰਾ ਪੁਰਾਣਾ ਪਿਆ, ਇੰਨਾ ਸਮਾਨ ਪਿਆ ਸੀ ਮੇਰੇ ਕੋਲ, ਅੱਧਾ ਮੈਂ ਕਹਿੰਦਾ ਇੱਕ ਮੁੰਡੇ ਨੂੰ ਦਿੱਤਾ ਵੀ ਆ ਤੂੰ, ਬਹੁਤ ਜਣੇ ਨੂੰ ਦਿੱਤਾ ਵਾ, ਤੇ ਹੁਣ ਤਾਂ ਚੱਲ ਬਾਈ ਜਿਮ ਲਾਉਂਦਾ ਨੀ, ਇੱਕ ਨੂੰ ਤਾਂ ਤੈਨੂੰ ਪਤਾ ਉਹ ਵੀ ਸਮਾਨ ਦਿੱਤਾ ਸੀਗਾ ਜਿਹੜਾ, ਆਹੋ ਦੂਜਾ ਵਾਲਾ ਸਿੱਧਾ ਵਾਲਾ, ਹੋਪ ਸੋ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਊ, ਇੰਨਾ ਕੀ ਆ ਮਤਲਬ ਮਗਜ ਮਾਰੀ ਆਪਣੀ, ਇਹਨੂੰ ਅਪਲੋਡ ਕਰ ਦਾਂਗੇ ਠੀਕ ਆ, ਸਰੀਰ ਹੀ ਆ ਸਰੀਰ ਹੀ ਆ, ਤੇ ਬਾਈ ਤੁਹਾਨੂੰ ਦਿਖਾ ਦਾਂਗੇ ਕਿਹਦੀ ਰੀਸ ਲਾਉਂਦੇ ਹਾਂ ਅਸੀਂ, ਨਹੀਂ ਪਤਾ ਨਹੀਂ ਲੱਗਣਾ, ਹਾਂ ਠੀਕ ਆ, ਤੇ ਮੁੰਡਾ ਬਹੁਤ ਵਧੀਆ ਗਿਆ ਵੀਡੀਓ ਬਣਾਉਂਦਾ ਵਾ, ਉਹਨੂੰ ਵੀ ਸਪੋਰਟ ਕਰ ਦਿਓ ਯਾਰ, ਤੇ ਚਲੋ ਮਿਲਦੇ ਹੁਣ ਆਪਾਂ ਅਗਲੇ ਵਲੌਗ ਦੇ ਵਿੱਚ, ਇੱਥੇ ਆਪਾਂ ਐਂਡ ਕਰਦੇ ਹਾਂ, ਤੁਹਾਨੂੰ ਮਾਹੌਲ ਰਾਹ ਦਾ ਦਿਖਾ ਦਿੰਦੇ ਹਾਂ ਗੱਲਾਂ ਬਾਤਾਂ, ਸਹੀ ਆ ਬਾਬਾਸ ਦੇਖਿਆ, ਸੰਡੇ ਨੂੰ ਵੀ ਟ੍ਰੈਫਿਕ ਬਾਹਲਾ ਹੁੰਦਾ ਹਨਾ, ਇੱਥੇ ਰੱਖ ਆਈ ਟਰੈਕ ਚ, ਜਿੱਦਣ ਆਪਾਂ ਕੱਢੀ ਇੱਧਰੋਂ ਸਲੀਮੀ ਆਊਟ ਆਫ ਟਰੈਕ ਚ, ਉਦਣ ਹੀ ਫਾਈਨ ਆਉਣਾ, ਦੇਖ ਇੱਥੋਂ ਮੈਂ 20 ਜਾਣੇ ਜਾਂਦੇ ਦੇਖ ਲੈਂਦਾ, ਲੈ ਵੀ ਜੱਟਾ ਗੱਡੀ ਦਾ ਜਾ ਰਹੀ ਆ, ਮਾਰੋ ਧਾੜ ਯਾਰ,